ਅੱਜ ਅਸੀਂ ਤੁਹਾਨੂੰ ਜ਼ਿਲ੍ਹਾ ਪਠਾਨਕੋਟ ਦੇ ਮਮੂਨ ਖੇਤਰ ਦੇ ਇੱਕ ਅਜਿਹੇ ਧਾਰਮਿਕ ਥਾਂ ਦੇ ਦਰਸ਼ਨ ਕਰਾਉਣ ਦੇ ਲਈ ਲੈ ਕੇ ਜਾ ਰਹੇ ਹਾਂ ਜਿਸ ਦਾ ਇਤਿਹਾਸ ਕਰੀਬ 300 ਸਾਲ ਪੁਰਾਣਾ ਹੈ। ਕਿਹਾ ਜਾਂਦਾ ਹੈ ਕਿ ਇਸ ਪਿੰਡ ਦੇ ਵਿੱਚ ਪਾਣੀ ਦੀ ਇੱਕ ਵੱਡੀ ਕਿੱਲਤ ਸੀ, ਪਰ ਬਾਬਾ ਸ਼੍ਰੀ ਚੰਦ ਜੀ ਦੇ ਆਸ਼ੀਰਵਾਦ ਨਾਲ ਲੋਕਾਂ ਦੀ ਇਸ ਸਮੱਸਿਆ ਦਾ ਹੱਲ ਕੀਤਾ ਗਿਆ ਸੀ। ਯਹਾਂ ਮੌਜੂਦਾ ਇਸ ਸਮੇਂ ਮਹੰਤ ਚੰਦਰ ਮੁਨੀ ਯਹਾਂ ਬਿਰਾਜਮਾਨ ਹੈ। 15 ਸਮਾਧੀਆਂ ਯਹਾਂ ਪੀਛੇ ਹੋ ਚੁੱਕੀ ਹੈ, ਇਸ ਸਮੇਂ ਮਿਲ ਗਈ ਹੈ। ਯਹਾਂ ਬਾਬਾ ਜੀ ਯਹਾਂ ਪਠਾਨਕੋਟ ਸੇ ਬਾਠ ਸਾਹਿਬ ਸੇ ਪਠਾਨਕੋਟ ਆਏ, ਪਠਾਨਕੋਟ ਸੇ ਮਮੂਨ ਪਹੁੰਚੇ। ਮਮੂਨ ਮੈਂ ਆਏ ਜਬ ਤੋ ਯਹਾਂ ਕੋਈ ਜਲ ਕੀ ਵਿਵਸਥਾ ਨਹੀਂ, ਰਾਤ ਹੋ ਗਈ ਥੀ। ਬਾਬਾ ਜੀ ਯਹੀਂ ਫਿਰ ਰਾਤ ਠਹਿਰੇ तो सुबह जल मांगा माइयों से, माइयाँ जल लाती थी चक्की दरियाओं से, तो लाइन लगी थी। तो बाबा जी ने एक माई जल मांगा तो उसने इनकार कर दिया। दूसरी सयानी माई थी तो उसने जल बाबा जी को दे दिया। जब अपने घर वो गई तो उसका जल का घड़ा भरा हुआ पानी का, उन्हें समझा मन में कि बाबा कोई चमत्कारी हैं। फिर बाबा जी मुड़ के आगे उनके चरणों में गिर गई। तब बाबा जी बोले, माता जो मांगना है तो मांग लो, अब भगवान मिल गया, मांगना क्या था उनको। तब बाबा जी ने अपने दातुन जो कर रहे थे वो माई को दे दिया। उसी माई ने इसी पीपल पास गाड़ दिया तो बाबा जी उसके सामने खड़े खड़े पीपल हरा हो गया। दातुन पेड़ अभी मौजूद है और बाबा जी ने वहीं चिमटा मार के पानी निकाला। आज वही पानी यहाँ ममून चल रहा है। फिर बाबा जी यहाँ से चम्मच चले गए। बाबा थोड़ा बहन कह दिया था माई को कि माई यहाँ पानी पूरा नहीं होगा, तो यहाँ मामून में आज नहीं पानी पूरा होता। साल में कोई ऐसा दिन होता है जो कि लोग पानी नहीं यहाँ आते, ऐसा कभी अभी तक साल लगा नहीं गया। 35 साल हमको हो गया लेकिन कोई ना कोई यहाँ आते हैं लेने पानी। ਉਦਾਸੀਨ ਸੰਪਰਦਾ ਦਾ ਡੇਰਾ ਬਾਬਾ ਸ਼੍ਰੀ ਚੰਦ ਜੀ ਦਾ ਮੇਨ ਸਥਾਨ ਹੈ, ਇਹਦਾ ਅਖਬਾਰ ਸਾਹਿਬ ਵੀ, ਲੇਕਿਨ ਇਹ ਜਿਹੜੀ ਚਰਨ ਉਪਾਧੀ ਦਾ ਸਥਾਨ ਹੈ ਮਮੂਨ 'ਚ ਸਥਿਤ ਹੈ। ਬੜਾ ਪੁਰਾਣਾ, ਕਈਆਂ ਹਜ਼ਾਰਾਂ ਸਾਲਾਂ ਤੋਂ ਡੇਰਾ ਚੱਲ ਰਿਹਾ ਔਰ ਜਿਹੜੀ ਗੁਰੂ ਗੱਦੀ ਹੈ, ਇਸ ਵੇਲੇ ਮਹੰਤ ਜਿਹੜੇ ਤੁੰਗਨਾਥ ਜੀ ਹੈ ਉਹ ਗੱਦੀ 'ਤੇ ਬੈਠੇ ਦੇ ਆ। ਬਾਕੀ ਇਹ ਇੱਥੇ ਆਉਂਦੇ ਸਾਧੂ ਸਮਾਜ ਆਉਂਦੇ ਆ, ਸਾਧੂ ਸਮਾਜ ਦਾ ਜ਼ਿਆਦਾ ਆ, ਕੋਈ ਸਾਡੇ ਲਾਗੇ ਡੇਰਾ ਹੈ ਜਿਹਦੇ 'ਤੇ ਇੰਨੇ ਸਾਧੂ ਨਹੀਂ ਆਉਂਦੇ ਜਿੰਨੇ ਇੱਥੇ ਆਉਂਦੇ ਆ। ਬਾਕੀ ਬਾਬਾ ਜੀ ਨੇ ਸਾਰੀ ਕਾਰ ਸੇਵਾ ਕਰਵਾਈ ਹੈ, ਕਮਰੇ ਬਣਵਾਏ ਆ, ਥੱਲੇ ਪਲੋਟ ਦੀ ਜਿਹੜੀ ਹੈ ਸਾਰੀ ਚਾਰਦਵਾਰੀ ਕਰਾਈ ਹੈ, ਸਾਰਾ ਕੁਛ ਮਤਲਬ ਹੈ, ਲੰਗਰ ਦੀ ਵਿਵਸਥਾ ਪੂਰੀ ਹੈ। ਜਿਹੜਾ ਵੀ ਬੰਦਾ ਆਉਂਦਾ ਉਹਨੂੰ ਲੰਗਰ ਪੂਰਾ ਹੈ, ਚਾਹੇ ਬਾਹਰ ਦਾ ਹੋਏ, ਚਾਹੇ ਸਾਧੂ ਹੋਏ, ਚਾਹੇ ਕ੍ਰਿਸ਼ਤੀ ਹੋਏ। ਬਾਕੀ ਲੋਕਾਂ ਦੀ ਸ਼ਰਧਾ ਹੈ ਇੱਥੇ, ਬਾਬਾ ਜੀ ਦੇ ਚਰਨ ਇੱਥੇ ਹੈਗੇ ਆ, ਧੂਣਾ ਇੱਥੇ ਹੈਗਾ ਹੈ, ਬਾਬਾ ਜੀ 3 ਵਜੇ ਧੂਣੇ 'ਤੇ ਬਹਿੰਦੇ ਨੇ। ਤਾਂ ਇਹ ਸੀ ਉਦਾਸੀਨ ਆਸ਼ਰਮ ਦਾ ਇਤਿਹਾਸ, ਜਿੱਥੇ ਬਾਬਾ ਸ਼੍ਰੀ ਚੰਦ ਜੀ ਨੇ ਚਮਤਕਾਰ ਕੀਤਾ ਅਤੇ ਉਹਨਾਂ ਦੇ ਚਮਤਕਾਰ ਦੇ ਕਾਰਨ ਅੱਜ ਤੱਕ ਇਸ ਇਲਾਕੇ ਨੂੰ ਕਦੇ ਵੀ ਪਾਣੀ ਦੀ ਕਿੱਲਤ ਨਹੀਂ ਆਈ। ਪਠਾਨਕੋਟ ਤੋਂ ਜਤਿਨ ਸ਼ਰਮਾ, ਨਿਊਜ਼ 18 ਪੰਜਾਬ।